ਚੰਦਾਨੇ ਰਿਸਾਲਤੇ ਸਲਵਾਤ ਵਾਜਬ ਹੈ ਉੱਚੀ ਆਵਾਜ਼ ਨਾਲ ਸਲਵਾਤ ਅਲਾਮਾ ਚੱਕਿਆ ਮਜਲਿਸੇ ਆਜ਼ਾਦੀ ਕਬੂਲੀਅਤ ਵਾਸਤੇ ਬੁਲੰਦ ਆਵਾਜ਼ ਨਾਲ ਸਲਵਾਤ ਅਲਾਮਾ ਚੱਕਿਆ ਮਾਮੇ ਜ਼ਮਾਨਾ ਅਲੈਹ ਸਲਾਤੋ ਵ ਸਲਾਮ ਦੀ ਆਮਦ ਓ ਸਲਾਮਤੀ ਵਾਸਤੇ ਉੱਚੀ ਆਵਾਜ਼ ਨਾਲ ਸਲਵਾਤ ਅਲਾਮਾ ਚੱਕਿਆ ਸ਼ੀਆ ਸੁਨੀ ਆਜ਼ਾਦ ਮਾਤਮੀ ਸਭ ਤੋਂ ਪਹਿਲੇ ਦੁਆ ਹੈ ਤੁਸੀਂ ਸ਼ੀਆ ਸੁਨੀ ਭਾਈਆਂ ਦਾ ਇਸ ਮੁਕੱਦਰ ਜਾ ਤੇ ਹੋਇਆ ਜਾਂ ਮੌਲਾ ਕਬੂਲ ਫਰਮਾਵੇ ਆਮੀਨ ਉੱਚੀ ਆਵਾਜ਼ ਨਾਲ ਜਿਤਨੇ ਜਿਤਨੇ ਕਦਮ ਚੱਲ ਗਏ ਹੋ ਹਰ ਕਦਮ 'ਤੇ ਮੌਲਾ ਤੁਹਾਡੀ ਹਿਫਾਜ਼ਤ ਫਰਮਾਵੇ ਮੌਲਾ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਫਰਮਾਵੇ ਬਾਨੀ ਮਜਲਿਸ ਮੇਰੇ ਭਾਈ ਜ਼ੁਲਫਕਾਰ ਖਾਨ ਦੀ ਇਹ ਡਿਊਟੀ ਈਸਾਈ ਲੰਗਰ ਨਿਆਜ਼ ਮੌਲਾ ਕਬੂਲ ਫਰਮਾਵੇ ਉਹਨਾਂ ਦੇ ਰਿਜ਼ਕ ਮਾਲ 'ਚ ਮੌਲਾ ਵੁਸਅਤ ਇਨਾਇਤ ਫਰਮਾਵੇ ਜਵਾਨੋ ਮਾਤਮੀਓ ਕੋਈ ਜ਼ਿਆਦਾ ਲੰਬੀ ਜ਼ਹਿਮਤ ਨਹੀਂ ਦਿੰਦਾ ਚੰਦ ਮਿੰਟਾਂ ਦੀ ਡਿਊਟੀ ਹਾਜ਼ਰੀ ਦੇਵਾਂ ਚਾਹੁੰਦਾ ਕੋਈ ਆਖਰੀ ਦਾਵਾ ਨਹੀਂ ਤਾਲਿਬ ਇਲਮ ਦੀ ਹੈਸੀਅਤ 'ਚ ਡਿਊਟੀ ਮਜ਼ਲੂਮ ਪੇਸ਼ ਕਰਨਾ ਚਾਹੁੰਦਾ ਬਾਣੀ ਦੀ ਹੈਸੀਅਤ 'ਚ ਹਾਜ਼ਰ ਹਾਂ ਜੇ ਜਨਾਬ ਦੀ ਦੁਆ ਇਜਾਜ਼ਤ ਔਰ ਤਵੱਜੋ 'ਚ ਬੈਠੇ ਹੋ ਤਾਂ ਡਿਊਟੀ ਔਰ ਸ਼ਬੀਰ ਪੇਸ਼ ਕਰਨਾ ਚਾਹੁੰਦਾ ਜਿਤਨਾ ਜਿਤਨਾ ਜਨਾਬ ਦੇ ਜ਼ਿਹਨਾਂ ਵਿੱਚ ਮੁਹੰਮਦ ਓ ਆਲੇ ਮੁਹੰਮਦ ਬੁਲੰਦ ਹੈ ਉਤਨੀ ਬੁਲੰਦ ਸਲਵਾ ਮਸ਼ਾਲਾ ਜੀ ਬਿਸਮਿਲ੍ਲਾ ਮੈਂ ਨਿਆਜ਼ ਮੰਨਦਾ ਜੀ ਜਵਾਨੀਆਂ ਨਸੀਬ ਹੋਏ ਬਾਬਲ ਹਵਾਏ ਅਲਜ਼ਮਤੁਲਿਲਾ ਜਵਾਨੀਆਂ ਨਸੀਬ ਜੋਲੀਆਂ ਫਲਾਬ ਮਿੰਨਤ ਹੈ ਨਹੀਂ ਨਾ ਹੀ ਮਿੰਨਤ ਦੀ ਜਾਏ ਆਂਝਾ ਵਜੇ ਨਿਜਾਤ ਮੇਰਾ ਵੱਤਾਂ ਨੇ ਜ਼ਾਕੀ ਦਾਵਾ ਤੱਕ ਹੋਈ ਨਹੀਂ ਤਾਲੇ ਬਿਲ ਦੀ ਹਸੀਅਤ ਆਦਾ ਪੀਆਂ ਜ਼ਿੰਦਾ ਆਨੰਦ ਦਰ ਤੇ ਪੀਰ ਸਜਾ ਦੇ
ਸੈਯਦਾਂ ਦੇ ਮਰ ਵੇਣ ਗਈਏ ਜਿੰਦਾਨ ਦੇ ਵਿੱਚ ਮੈਂ ਮੰਗਦਾ ਇਮਦਾਦ ਇਹੀ ਇਮਦਾਦ ਜੀ ਅੱਛਾ ਅੱਛਾ ਬਿਸਮਿਲ੍ਲਾ ਮੈਂ ਵੱਲ ਚਾਦ ਅਦਾ ਪੀਆਂ ਜਿੰਦਾਨ ਦੇ ਦਰ ਤੇ ਰਾਤ ਰੋ ਕੇ ਉਹ ਪੀਆ ਆਦੇ ਪੇਰ ਸਜਾ ਦੇ ਸੈਯਦਾਂ ਦੇ ਮਰ ਫੇਰ ਗਈ ਹੈ ਜਿੰਦਾਨ ਦੇ ਵਿੱਚ ਮੈਂ ਮੰਗਦਾ ਇਮਦਾਦ ਸੈਯਦਾਂ ਦੇ ਮੈਂ ਚਾਵਣ ਮਈਆ ਜਿਹਦਾ ਸੀਨਾ ਦੁੱਖੇ ਬਿਲਕੁਲ ਮਾਤਮ ਲੱਗੇ ਮਾਤਮ ਜੀ ਵਿੱਚ ਮਿਲਣਾ ਜੀ ਵਿੱਚ ਮਿਲਣਾ ਜੀ ਜੀ ਵਿੱਚ ਮਿਲਣਾ ਹੱਥ ਨਾ ਬਣ ਜਵਾਨ ਜੀ ਵਿੱਚ ਮਿਲਣਾ ਜਵਾਨ ਨਸੀਬ ਹੋਏ ਜਵਾਨ ਨੌਜਵਾਨ ਹੀ ਨਸੀਬ ਹੋਏ ਤੁਹਾਡੀ ਮੁਹੱਬਤ ਨੂੰ ਦੇਖ ਕੇ ਕਬੀਆ ਬੰਦ ਸੁਣਾਵਾਂ ਚਾਹਨਾ ਜਿਥਾਈ ਦੀਦੀ ਦੀ ਮੂੰਹ ਲੱਗੀ ਹੋਈ ਹੈ ਆਦਾ ਪੀਆਂ ਆਦਾਨ ਦੇ ਬਾਦ ਨਮਾਜ਼ੀ ਸੈਯਦ ਤੇ ਕੀਤਾ ਸ਼ਾਮ ਦੇ ਵਿੱਚ ਲਾਨੇ ਸੈਯਦਾਂ ਦੇ ਮੈਂ ਦੇ ਚੌਂ ਸਾਲਾਂ ਦੀ ਉਹ ਭੈਣ ਆਈ ਵੋ ਜਿਹੜੀ ਮਰ ਗਈ ਵਿੱਚ ਜ਼ਿੰਦਾਨ ਸੈਯਦਾਂ ਦੇ ਦਾ ਕੋਈ ਪਹਿਲਾ ਸਵਾਲ ਹੈ ਹੁਸੈਨ ਦੀ ਘੇਰੀ ਧੀ ਹੈ ਜਿਹਨੂੰ ਮੁਸਲਮਾਨਾਂ ਜ਼ਿਆਦਾ ਮਾਰਾ ਹੈ ਬੋਲੋ ਮੇਰੇ ਨਾਲ ਜਵਾਬ ਤਾਂ ਦਿਓ ਚਾਹਨਾ ਬੋਲੋ ਘੇਰੀ ਧੀ ਹੈ ਜਿਹਨੂੰ ਮੁਸਲਮਾਨਾਂ ਜ਼ਿਆਦਾ ਮਾਰਾ ਹੈ ਮਾਸੂਮ ਆਈ ਸਕੀਨਾ ਹੁਸੈਨ ਦੇ ਸੀਨੇ ਦਾ ਤਾਵੀਜ਼ ਜਵਾਨੋ ਮਾਤਮੀਓ ਧੀਆਂ ਤਾਂ ਹੁਸੈਨ ਇਮਾਮ ਦੀਆਂ ਬਈਆਂ ਵੀ ਹਨ ਲੇਕਿਨ ਮੁਸਲਮਾਨਾਂ ਕਰਬਲਾ ਤੋਂ ਸ਼ਾਮ ਤਾਈਂ ਸਕੀਨਾ ਨੇ ਕਿਉਂ ਤਮਾਚੇ ਮਾਰਨ ਮੈਨੂੰ ਇਸ ਮਿੰਬੇ ਦੀ ਅਜ਼ਮਤ ਦੀ ਕਸਮੇ ਹੈ ਨਿਕਲ ਵਨੇ ਤਾਂ ਤੇਰੀ ਜੰਨਤ ਵਾਜੇਬੇ ਮਿੰਬੇ ਹੁਸੈਨ ਦੀ ਕਸਮੇ ਜੈ ਅੱਬਾਸ ਤੋਂ ਹੀ ਬਦਲਾ ਲਵਾਂ ਊਈ ਮਾਸੂਮਾਂ ਨੂੰ ਤਮਾਚੇ ਮਾਰਨ ਵਾਹ ਬਈ ਵਾਹ ਵਾਹ ਬਈ ਵਾਹ ਅਜ਼ਮਤ ਲਿਲਾ ਜਵਾਨ ਨਸੀਬ ਹੋਏ ਜੈ ਹੁਸੈਨ ਤੂੰ ਬਦਲਾ ਲਵਾਂ ਊਈ ਸਕੀਨਾ ਨੂੰ ਤਮਾਚੇ ਮਾਰਨ ਜੈ ਅਲੀ ਤੂੰ ਬਦਲਾ ਲਵਾਂ ਊਈ ਸਕੀਨਾ ਨੂੰ ਤਮਾਚੇ ਮਾਰਨ ਬਈ ਜਾਨ ਇੱਕ ਜਾਤ ਮੈਂ ਇਹ ਲਫ਼ਜ਼ ਆਖੀਨ ਇੱਕ ਮੋਮਿਨ ਮਜਲਿਸ ਚ ਉੱਠੇ ਮੇਰੇ ਪਾਸੇ ਦੇਖ ਕੇ ਤੇ ਤੁਸਾਂ ਇਹ ਲਫ਼ਜ਼ ਠੀਕ ਆਖਿਆ ਲੇਕਿਨ ਇੱਕ ਲਫ਼ਜ਼ ਮੇਰੀ ਤਰਫ ਤੁਸਾਂ ਮਿੰਬੇ ਤੇ ਪਹਿਰ ਮੈਂ ਇੱਕ ਦਸਾ ਕੀ ਆਖਣਾ ਚਾਹੁੰਦਾ ਮੂੰਹ ਤੇ ਪਿੱਟ ਕੇ ਆਦੇ ਇਹ ਸ਼ਾਮੀ ਕੂਫੀ ਮੁਸਲਮਾਨ ਹੁਸੈਨ ਦੀ ਧੀ ਨੂੰ ਇਸ ਵਾਸਤੇ ਜ਼ਿਆਦਾ ਮਰਦੇ ਹਨ ਜੋ ਹੁਸੈਨ ਨੂੰ ਇਸ ਧੀ ਨਾਲ ਮੁਹੱਬਤ ਜ਼ਿਆਦਾ ਹੈ ਜੋ ਸਕੀਨਾ ਨੂੰ ਤਮਾਚੇ ਮਹਿਸੂ ਹੁਸੈਨ ਨੂੰ ਤਕਲੀਫ ਹੋ ਸੀ ਅੱਲਾ ਤੁਹਾਡਾ ਮਾਤਮ ਕਬੂਲ ਫਰਮਾਵੇ ਮਾਤਮੀ ਹੋ ਜਵਾਨੀਆਂ ਨਸੀਬ ਹੋਏ ਬਈ ਜਾਨ ਇੱਕ ਲਫ਼ਜ਼ ਵੀ ਆ ਤਮਹੀਦ ਦਾ ਤੇ ਤਈ ਬਹਿਣ ਸੁਣਾਵਾਂ ਜਿਹਦੇ ਉੱਤੇ ਅਲੀ ਦੀਆਂ ਧੀਆਂ ਦੀ ਮੋਹਰ ਲੱਗੀ ਹੋਈ ਹੈ ਅਤੇ ਦਾ ਚੌਥਾ ਇਮਾਮ ਰਿਵਾਇਤ ਫਰਮਾਉਂਦੇ ਜਦੋਂ ਅਸਾਂ ਬਰਾਏ ਹਮੀਦੀਆ 'ਚ ਪਹੁੰਚੇ ਹੈ ਸੈਯਦਾਂ ਦੇ ਹਜੂਮ ਬਹੁ ਜ਼ਿਆਦਾ ਹਾ ਸੈਯਦਾਂ ਦੇ ਰਕੂ ਦੀ ਹਾਲਤ ਮੈਂ ਖਲੋਤਾ ਹਾਂ ਸੈਯਦਾਂ ਦੇ ਪੱਥਿਆਂ ਦਾ ਮੀਂਹ ਪੀਆ ਵਸਦਾ ਹਾ ਸੈਯਦਾਂ ਦੇ ਅਚਾਨਕ ਮੇਰੇ ਦਾਮਾਂ ਨੂੰ ਛਿੱਕੀ ਆਈਏ ਸੈਯਦਾਂ ਦੇ ਮੈਂ ਪਿੱਛਾਂ ਦਿੱਠੇ ਤਾਂ ਮੇਰੀ ਸਕੀਨਾ ਭੇਂਦ ਮੂੰਹ 'ਤੇ ਲਹੂ ਆ ਮੇਰੇ ਪਾਸੇ ਦੇਖ ਕੇ ਆਦੀ ਸਜਾਦ ਵੀ ਦੂਰ ਗੱਲਾਂ ਹਨ ਜਾਂ ਦੁਆ ਮੰਗ ਮੇਰੇ ਉੱਤੇ ਮੌਤ ਆ ਵਜੇ ਸਜਾ ਜਾਂ ਮੇਰੀ ਮੌਤ ਦੀ ਦੁਆ ਨਹੀਂ ਮੰਗਦਾ ਇਹ ਕਮੀਨੇ ਸ਼ਿਮੇ ਨੂੰ ਆਕ ਮੈਨੂੰ ਮੂੰਹ 'ਤੇ ਨਾ ਮਾਰੇ ਇਹ ਯੂੰ ਜਾ ਮਰੇਂਦਾ ਜਿੱਦਾਂ ਬਾਬਾ ਬੋਛੇ ਦੇਦਾ ਇਹ ਯੂੰ ਜਾ ਮਰੇਂਦਾ ਜਿੱਦਾਂ ਬਾਬਾ ਚੁੰਮਦੇ ਰਜਦਾ ਵਾਹ ਬਈ ਵਾਹ ਵਾਹ ਬਈ ਵਾਹ ਅੱਲਾ ਤੁਹਾਡੇ ਵਹਿਣ ਕਬੂਲ ਫਰਮਾਵੇ ਜਵਾਨਿਆਂ ਨਸੀਬ ਹੋਏ ਜਵਾਨਿਆਂ ਨਸੀਬ ਹੋਏ
ਬਸ ਇਹ ਮੇਰੀ ਸਹਿਣ ਹੈ। ਜ਼ਿੰਦਾਨ ਦੇ ਵਿੱਚ ਮਈਅਤ ਵਾਂਗ ਮਿਸਲ ਦੇ ਸੁੱਤੀ ਪਈ ਹੈ। ਬਈ ਜਾਨ ਬਿਸਮਿਲ੍ਲਾ ਦਾ ਸਵਾਬ ਹੋਵੇ। ਮੌਲੀ ਗੁਲਾਮ ਅਬਾਸ ਨੋਤਕ ਮਹਿਊਮ ਨੇ, ਹਾਜੀ ਨਾਸੇ ਅਬਾਸ ਦੇ ਵਾਲਿਦ ਮਹਿਊਮ ਨੂੰ, ਇਹ ਉਹਨਾਂ ਦਾ ਲਫਜ਼ ਹੈ। ਉਹ ਫਰਮਾਉਂਦੇ ਹੋਣੇ ਹਨ, ਅਜੀਬ ਮੁਹੱਬਤ ਥਈ ਪਿਓ ਅਤੇ ਧੀ ਦੀ, ਜਦਾਂ ਧੀ ਮਿਲਾਈ ਗਈ ਤਾਂ ਪਿਓ ਅਤੇ ਮੌਤ ਆ ਗਈ, ਜਦਾਂ ਪਿਓ ਮਿਲਾਂ ਆਇਆ ਤਾਂ ਧੀ ਅਤੇ ਮੌਤ ਆ ਗਈ। ਵਾਹ ਬਈ ਵਾਹ, ਵਾਹ ਬਾਈ ਵਾਹ, ਵਾਹ ਬਈ ਵਾਹ, ਕਿਆ ਬਾਤ ਹੈ ਤੁਹਾਡੀ ਸਮਾਤ ਦੀ। ਬਈ ਜਾਨ ਅਜੀਬ ਮਈਆ ਤੇ, ਪਹਿਲਾ ਮਈਆ ਤੇ ਦੁਨੀਆ 'ਚ ਜਿਹਦਾ ਮਈਆ ਤੇ ਚਈ ਵੱਧਦਾ ਹੈ ਉਹਦੇ ਹੱਥੀਂ ਜ਼ੇਵਾ ਹੈ, ਅਤੇ ਜੇ ਮਈਆ ਤੇ ਚਈ ਆਉਂਦਾ ਹੈ ਉਹਦੇ ਹੱਥੀਂ ਜ਼ੰਜੀਰ। ਉਹ ਜਵਾਨੋ ਮਾਤਮੀਓ, ਮੈਂ ਦਾ ਇਮਾਮ ਜੀ, ਹਾਏ ਹਾਏ ਹਾਏ, ਮੈਂ ਤਾਂ ਬਾਈ ਪੀ ਆਦ ਹੈ ਜ਼ਿੰਦਗੀ ਹੋਵੇ ਜਿਹਦਾ ਮਈਆ ਤੇ ਚਈ ਵੱਧਦਾ ਹੈ ਨਾ ਉਹਦੇ ਕੰਨ ਜ਼ਖਮੀ ਹਨ, ਅਤੇ ਜੇ ਮਈਆ ਤੇ ਚਈ ਵੱਧੇ ਉਹ ਰੱਤ ਵਧਾਏ ਆਉਂਦਾ ਹੈ। ਜਵਾਨਿਆਂ ਨਸੀਬ ਹੋਏ, ਜਵਾਨਿਆਂ ਨਸੀਬ ਹੋਏ। ਮੇਰੇ ਇਮਾਮ ਭੈਣ ਦਾ ਮਈਆ ਚਈ ਆਉਂਦੇ, ਸ਼ਾਮ ਦੀ ਚੌਥੀ ਗਲੀਏ 'ਚ ਨਹੀਂ ਪਹੁੰਚੇ, ਸ਼ਾਮ ਦੀਆਂ ਬੱਚੀਆਂ ਸਾਹਮਣੇ ਵੱਲ ਆਏਨ, ਔਲੇ ਔਲੇ ਆਵਾਜ਼ ਪਈ ਆਉਂਦੀ ਹੈ ਮੁਸਾਫਿਰਾਂ, ਕਹਿੰਦਾ ਮਈਆ ਤੇ ਸੱਜਾ ਦੀ ਆਵਾਜ਼ ਆਉਂਦੀ ਹੈ ਸਕੀਨਾ ਦਾ ਮਈਆ ਤੇ ਜਈ, ਤੁਹਾਨੂੰ ਹੁਸੈਨ ਬਾਦਸ਼ਾਹ ਦੇ ਕਿੱਸੇ ਸੁਣਦੀ ਆਈ, ਅਕਬਰ ਤੇ ਅਸਗਰ ਦੀਆਂ ਗੱਲਾਂ ਸੁਣਦੀ ਆਈ, ਬੱਚਿਆਂ ਦੀ ਆਵਾਜ਼ ਆਉਂਦੀ ਹੈ ਸੱਜਾ ਦੱਲਾ ਦੇ ਨਾਂ ਤੇ, ਮਈਆ ਤੀ ਤਈ ਅੱਜ ਮਾਵਾਂ ਨੂੰ ਸੁਣੀਓ, ਵਤਨ ਦੇ ਮਾਤਮੀ ਹੋ ਬੱਚੀਆਂ ਬਾਜ ਪਈਆਂ ਹਵੇਲੀਆਂ ਜੈਨ, ਮਾਵਾਂ ਦੇ ਪਾਸੇ ਹੱਥ ਬੰਨ ਗਿਆ ਦੇ ਨੰਮਾ, ਜਲਦੀ ਗਇਓ ਤੇ ਨਾ ਲਓ ਅੱਜ ਸਕੀਨਾ ਮਰ ਗਈ ਹੈ। ਉਹ ਜਵਾਨ ਮਾਤਮੀ ਉਹ ਸ਼ਾਮ ਦੀਆਂ ਉਹ ਤਾਂ ਬਾਜ ਪਈਆਂ ਜ਼ਿਆਦਾ ਨਹੀਂ ਸੰਭਲੀਆਂ, ਉਦਾਂ ਜਿੱਥੇ ਸਜਾਦ ਵੇ ਤਾਂ ਮਈਅਤ ਚਈ ਬੈਠਾ, ਇੱਕ ਦਈ ਪਾਦੀ ਆਵਾਜ਼ ਆਉਂਦੀ ਹੈ ਸਜਾਦ ਅੱਲਾ ਦੇ ਨਾਂ ਤੇ ਇਜਾਜ਼ਤ ਦੇ, ਤੇਰੀ ਵੇਦ ਮੂੰਹ ਦੇਖਦੀਆਂ ਹੈ, ਮੈਂ ਦਈ ਮਾਮ ਇਜਾਜ਼ਤ ਦਿੱਤੀ ਹੈ, ਉਹ ਤਾਂ ਹੀ ਹੈ ਆਵਾਜ਼ ਆਉਂਦੀ ਹੈ ਸਜਾਦ ਅੱਲਾ ਦੇ ਨਾਂ ਤੇ ਦੱਸਾਂ ਅਜਾਈ ਦੀ ਮਾਂ ਜੀਦੀ ਹੈ, ਸਯਾਦਾ ਦੇ ਧੁੱਪਾਂ ਤੇ ਵਧੀ ਬਾਂਦੀ ਹੈ। ਇੰਝ ਨਹੀਂ, ਇੰਝ ਨਹੀਂ ਜਿਵੇਂ ਤੁਹਾਡੇ ਉੱਤੇ ਅਤਾ ਹੈ। ਉਹ ਜਵਾਨੋ ਮਾਤਮੀ ਉਹ ਸ਼ਾਮ ਦੀਆਂ ਹੋਏ ਤਾਂ ਭੱਜ ਪਈ, ਊਂ ਜਾ ਤੇ ਜਿੱਥੇ ਮੇਰੀ ਹੱਲਾ ਦੀ ਸ਼ਲਾ ਦੀ ਬੈਠੀ ਆਈ, ਆਵਾਜ਼ ਆਉਂਦੀ ਹੈ ਬੀਬੀ ਦੱਸਿਆ ਤੈਨੂੰ ਧੀ ਨਾਲ ਮੁਹੱਬਤ ਨਾ ਆਈ, ਬੀਬੀ ਦੀ ਆਵਾਜ਼ ਆਉਂਦੀ ਹੈ ਨਾ ਰੋਈ ਦੇ ਆਸੇ ਤੇ ਮੈਂ ਮਦੀਨੇ ਵਿੱਚ ਹੋਈਆਂ, ਉਹ ਤਾਂ ਦੀ ਆਵਾਜ਼ ਆਉਂਦੀ ਹੈ ਬੀਬੀ ਇਤਨਾ ਤੈਨੂੰ ਮੁਹੱਬਤ ਆਈ, ਤੇਰੀ ਧੀ ਬਿਮਾਰ ਆਈ ਆਪਣੀ ਧੀ ਦਾ ਇਲਾਜ ਨਾ ਵੀ ਕੀਤਾ, ਬੀਬੀ ਦੀ ਆਵਾਜ਼ ਆਉਂਦੀ ਹੈ ਮੇਰੀ ਧੀ ਤਮਾਚੇ ਜਲੇਂਦੀ ਓ ਪਿਓ ਦਾ ਨਾਮ ਚਾਵੇ ਜੀ ਜੀ। ਬਿਸਮਿਲ੍ਲਾ ਜਵਾਨਾਂ ਨਸੀਬ ਹੋਏ। ਮੇਰਾ ਇਮਾਮ ਭੈਣ ਦਾ ਮਈਆ ਦਫਨਾਇਆ ਹੈ, ਬਈ ਜਾਨ ਭੈਣ ਦਾ ਮਈਆ ਦਫਨਾਏ, ਮੇਰਾ ਇਮਾਮ ਤੇ ਨਿਸ਼ਾਨ ਮਿਟਾਇਆ ਹੈ। ਬਈ ਜਾਨ ਮਾਵਾਂ ਤੇ ਭੈਣਾਂ ਦਾ ਹਿੱਸੇ ਦਾ ਵਹਿਣ ਸੁਣਾਵਾਂ ਚਾਹੁੰਦਾ, ਹੁਣ ਦੇ ਦੱਕੇ ਮਾਤਮੀਏ ਜਿਹਦੇ ਹੱਥ ਸੀਨੇ ਤਾਂ ਨਹੀਂ ਆਉਂਦੇ, ਨਿਸ਼ਾਨ ਮਿਟਾ ਕੇ ਮੇਰੇ ਇਮਾਮ ਚੰਦ ਕਦਮਾਂ 'ਤੇ ਪਹੁੰਚੇ, ਜੇ ਕਬਰ 'ਚ ਸਕੀਨਾਂ ਦੇ ਵਹਿਣ ਬੁਲੰਦ ਹੋਏ, ਇਤਨੇ ਦੁੱਖੇ ਵਹਿਣ ਹਨ ਜੋ ਸ਼ਾਮ ਦੀ ਜ਼ਮੀਨ ਹੱਲੀ ਹੈ, ਦੂਹੇ ਪਿਓ ਪੁੱਤ ਇਵੇਂ ਹੈ ਜਿਵੇਂ ਤੱਸਾ ਪਾਣੀ ਗਵਾਉਂਦਾ ਹੈ। ਬਈ ਜਾਨ ਬਾਬੇ ਦੀ ਲਾਸ਼ 'ਤੇ ਦਾਵੀਂ ਦੇ ਸਕੀਨਾ ਵਾਅਦਾ ਕੀਤਾ, ਬਾਬਾ ਜੇ ਮੇਰੀਆਂ ਰੱਸੀਆਂ ਲੱਥੀਆਂ ਤਾਂ ਮੈਂ ਵਾਪਸ ਬੱਲਾ ਸਾਂ। ਬਈ ਜਾਨ ਦੂਹੇ ਪੀ ਪੁੱਤ ਇਵੇਂ ਆਏ ਜਿਵੇਂ ਤੱਸਾ ਪਾਣੀ ਗਵਾਉਂਦੇ, ਮੇਰੀ ਸਹਿਣ ਦੇ ਵਹਿਣ ਬੁਲਾਉਂਦਾ, ਇਜਾਜ਼ਤ ਦੇ ਦਿਓ ਮਸੂਮਾਂ ਦੇ ਵਹਿਣ ਸੁਣਾਵਾਂ। ਬੀਬੀ ਆਦੀ ਏ ਮੈਂ ਹੁਣ ਕੈਬਲ ਨਹੀਂ ਆ ਸਕਦੀ, ਗਈ ਬੈ ਗਏ ਬਲਾ ਬਾਬਾ ਜੇ ਮਿਲ ਨਹੀਂ ਸ਼ਾਮ ਆ
ਭਈ ਵਾਹ ਵਾਹ ਭਈ ਵਾਹ ਭਈ ਜਾਉਂ ਜਵਾਨੇ ਨਸੀਬ ਹੋਏ ਦੇ ਦੱਬੀਆਂ ਮਾਤਮੀ ਦੇ ਹੱਥ ਚੀਨੇ ਤੇ ਆਂਦੇ ਪੈਣ ਜਵਾਨੋ ਹੱਥ ਨਾ ਬੰਨੋ ਮਿੰਬਾ ਹੁਸੈਨ ਦੇ ਸਮੇਂ ਰੱਬ ਜਾਏ ਮੈਂ ਪੈਸਾ ਕਿਵੇਂ ਤੇ ਮਾਤਮੀ ਬੈਦਾਸ਼ ਕਿਵੇਂ ਖੇਤੇ ਆਜ਼ਾਦ ਆਇਓ ਮਾਤਮੀ ਉਹ ਦਾਵੀ ਦੇ ਦੀ ਪਿਓ ਦੀ ਲਾਜ ਤੇ ਮਸੋਮਾ ਵਾਦਾ ਕੀਤਾ ਤੇਰਾ ਵਾਦਾ ਮਾਇਆ ਰੋਂਦੀ ਪਈਏ ਤੇ ਹੋ ਕੇ ਪਿਆ ਦੀਏ ਮਾਇਆ ਜੀਆ ਜਦਾ ਬਾਬਾ ਰਸਨ ਲਾਜ਼ਨ ਮੈਂ ਵੱਲਤ ਰਸਨ ਪਾਣੀ ਮਿਲਦਾ ਪੀਂਦੀ ਨਹੀਂ ਮੇਰੇ ਸੰਜੀਆ ਤੇ ਸਟੇਂਦੀ ਆਈ ਅੱਜ ਚਪੇ ਚ ਆਉਂਦੀ ਪਈਏ ਵਫਾਈ ਵੱਤ ਨਹੀਂ ਭੁੱਲੀ ਰੋਂਦੀ ਪਈਏ ਤੇ ਆਦੀ ਪਈਏ ਜਵਾਨੀ ਨਸੀਬ ਹੱਥ ਨਾ ਮੰਨੋ ਜਵਾਨਾ ਨਸੀਬ ਹੋਏ ਜਦੋਂ ਕਵੇ ਤੱਕ ਲਵੈ ਸੁਣੋ ਬੀਬੀ ਦੀ ਆਵਾਜ਼ ਆਉਂਦੀ ਹੈ ਬਾਬਾ ਮੈਦਾ ਆਪਿਆ ਨਸੀਬ ਹੈ ਮੈਦਾ ਮਗਲੋਂ ਬਾਬਾ ਮੈਦਾ ਤੱਸਾ ਬਾਬਾ ਪਿਓ ਦੇ ਬਦਲੇ ਪੁੱਤਰ ਦੇ ਦੇਣਾ ਬਾਬਾ ਮੇਰਾ ਆਪਿਆ ਨਸੀਬ ਹੈ ਤੇਰਾ ਬਦਲਾ ਤੇਰੇ ਜਾ ਤੱਲਾ ਮੈਦੇ ਗੋਲੋਂ ਜਿਨੇ Yeah.